ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਰ ਲਓ ਦੁਨੀਆ ਮੁੱਠੀ ਵੀ ਅਤੇ ਭਰ ਲਓ ਪਰਾਲੀ ਜਿਹੜੀ ਹੈ ਗੋਲੀ ਵੀ। ਖੇਤੀਬਾੜੀ ਅਤੇ ਪਸ਼ੂ ਪਾਲਣ ਸੰਬੰਧੀ ਵੀਡੀਓ ਸਭ ਤੋਂ ਪਹਿਲਾਂ ਦੇਖਣ ਦੇ ਲਈ ਆਪਣੀ ਖੇਤੀ ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਬਟਨ ਦਬਾਓ। ਪ੍ਰਦੂਸ਼ਣ ਜਿਹੜੀ ਇੱਕ ਬਹੁਤ ਵੱਡੀ ਸਮੱਸਿਆ, ਸਾਰੀ ਦੁਨੀਆ ਇਹਦੇ ਵਿੱਚ ਸੋਚ ਰਹੀ ਹੈ ਕਿ ਇਸਦਾ ਕੀ ਹੱਲ ਕੀਤਾ ਜਾਵੇ। ਬੜੇ ਵਾਰੀ ਇਹਦੇ 'ਤੇ ਚਰਚਾਵਾਂ ਹੁੰਦੀਆਂ ਨੇ ਕਿ ਜਿਹੜੇ ਸਾਡੇ ਵਹੀਕਲ ਨੇ ਇਹ ਬਹੁਤ ਪ੍ਰਦੂਸ਼ਣ ਕਰ ਰਹੇ ਨੇ, ਉਸ ਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਸੰਤਾਪ ਅਸੀਂ ਅੱਜ ਕੱਲ੍ਹ ਗੁਜ਼ਰ ਰਹੇ ਹਾਂ ਕਿ ਅਸੀਂ ਬਹੁਤ ਸਾਰਾ ਝੋਨਾ ਪੰਜਾਬ ਦੇ ਵਿੱਚ ਪੈਦਾ ਕਰ ਰਿਹਾ ਔਰ ਪੰਜਾਬ ਇੱਕ ਇਹੋ ਜਿਹੀ ਸਟੇਟ ਹੈ ਕਿ ਜਿਹੜਾ ਸਾਰੇ ਦੇਸ਼ ਨੂੰ ਜਿਹੜਾ ਅੰਨ ਅਤੇ ਦੁੱਧ ਸਪਲਾਈ ਕਰਦਾ ਸੀ, ਪਰ ਹੁਣ ਬਹੁਤ ਸਾਰਾ ਜਿਹੜਾ ਹੋਰ ਜਿਹੜੇ ਸੂਬੇ ਆ ਉਹ ਵੀ ਪ੍ਰੋਡਕਸ਼ਨ ਅਸੀਂ ਕਰ ਲਏ ਨੇ। ਪਰ ਇੱਕ ਸਾਡੇ ਕੋਲ ਬਹੁਤ ਜਿਹੜਾ ਸਾਨੂੰ ਇਹਦੀ ਪ੍ਰੋਡਕਸ਼ਨ ਦੇ ਨਾਲ ਦੁਖਦਾਈ ਇਹ ਗੱਲ ਹੋਈ ਕਿ ਅਸੀਂ ਪਰਾਲੀ ਬਹੁਤ ਸਾਰੀ ਪੈਦਾ ਹੋ ਗਈ ਔਰ ਜਦੋਂ ਪਰਾਲੀ ਪੈਦਾ ਹੋ ਗਈ ਤਾਂ ਸਰਕਾਰ ਦਾ ਬਹੁਤ ਸਾਰਾ ਜ਼ੋਰ, ਜਿਹੜੀਆਂ ਚੰਗੀਆਂ ਸੰਸਥਾਵਾਂ ਦਾ ਇਹ ਹੋ ਗਿਆ ਕਿ ਪਰਾਲੀ ਨੂੰ ਕਿਵੇਂ ਸੰਭਾਲਿਆ ਜਾਵੇ, ਕਿਉਂਕਿ ਬਹੁਤ ਵੱਡੀ ਸਮੱਸਿਆ ਬਣ ਗਈ ਜਿੱਥੇ ਸਾਡੇ ਵਾਸਤੇ ਇਹ ਜਿਹੜਾ ਝੋਨਾ ਖਾਣ ਵਾਸਤੇ ਅਸੀਂ ਪੈਦਾ ਕੀਤਾ ਸੀ, ਸਾਡਾ ਅਨਾਜ ਪੈਦਾ ਕੀਤਾ ਸੀ। ਸੋ ਅਗਲੀ ਗੱਲ ਜਿਹੜੀ ਮੈਂ ਗੱਲ ਕਰਾਂ ਕਿ ਜੇ ਜਦੋਂ ਅਸੀਂ ਪਸ਼ੂ ਪਾਲਣ ਦਾ ਕਿੱਤਾ ਕਰਦੇ ਹਾਂ ਤਾਂ 70% ਜਿਹੜਾ ਖਰਚਾ ਹੈ ਇਹਦੀ ਖਾਦ ਖੁਰਾਕ 'ਤੇ ਹੁੰਦਾ ਹੈ, ਅਤੇ ਜੇ ਇਹ ਪਰਾਲੀ ਜਿਹੜੀ ਸਾਡੇ ਵਾਸਤੇ ਸੰਤਾਪ ਹੈ ਜੇ ਇਹਨੂੰ ਵਰ ਦੇ ਵਿੱਚ ਬਦਲਣਾ ਤਾਂ ਸਾਡੇ ਕੋਲ ਜੇ ਮਾਹਰਾਂ ਦੀ ਅਸੀਂ ਮਦਦ ਲਈ ਜਾਵੇ ਔਰ ਸੰਤਾਪ ਨੂੰ ਵਰ ਦੇ ਵਿੱਚ ਲੈ ਕੇ ਜਾਈਏ ਔਰ ਜਿਹੜੀ ਸਾਡੀ ਪ੍ਰਦੂਸ਼ਣ ਦੀ ਸਮੱਸਿਆ ਉਹ ਵੀ ਹੱਲ ਹੋਵੇ ਅਤੇ ਜਾਨਵਰਾਂ ਨੂੰ ਸਾਡਾ ਜਿਹੜਾ ਖੁਰਾਕ ਦਾ ਉਹ ਵੀ ਮਸਲਾ ਹੋਵੇ। ਸੋ ਸਾਡੇ ਨਾਲ ਨੇ ਡਾਕਟਰ ਮੰਜੂ ਵਧਵਾ ਜੀ, ਜਿਨ੍ਹਾਂ ਦਾ ਇਸ ਫੀਲਡ ਦੇ ਵਿੱਚ ਆਪਣਾ ਵੱਖਰਾ ਨਾਮ ਹੈ, ਬਾਕੀ ਡਿਪਾਰਟਮੈਂਟ ਵੀ ਸਾਡੇ ਅਸੀਂ ਦੇਖ ਰਹੇ ਹਾਂ ਫਰੇਮ ਦੇ ਵਿੱਚ ਲਓ ਜੀ ਖੜਾ, ਜਿਨ੍ਹਾਂ ਨੇ ਇਸ ਖੇਤਰ ਦੇ ਸੇਵਾਵਾਂ ਦੇ ਰਹੇ ਨੇ। ਸੋ ਡਾਕਟਰ ਮੰਜੂ ਵਧਵਾ ਜੀ, ਮੈਂ ਦੇਖ ਰਿਹਾ ਬੜੇ ਲੋਕ ਹੈਰਾਨ ਨੇ ਕਿ ਤੁਸੀਂ ਸਾਇਲਜ ਬਣਾਤਾ, ਕਿਤੇ ਗਾਜਰਾਂ ਪਾ ਦਿੱਤੀਆਂ, ਕਿਤੇ ਕਿਨੂੰ ਪਾ ਦਿੱਤਾ ਔਰ ਕਿਤੇ ਫਰੂਟ ਵੇਸਟ ਜਿਹੜਾ ਜੂਸ ਦਾ ਉਹ ਪਾ ਕੇ ਆ ਦੂਸਰੀ ਜਿਸ ਤਰ੍ਹਾਂ ਫੀਲਡ ਬਣੀ ਹੋਵੇ ਕੋਈ ਪਹਿਚਾਣ ਹੀ ਨਹੀਂ ਆਉਂਦੀ ਮੈਨੂੰ ਲੱਗਦਾ ਵੀ ਜਿਵੇਂ ਬਹੁਤ ਸਾਰੀ ਮਹਿੰਗੀ ਜਿਹੜੀ ਹੈ ਅਤੇ ਤੁਸੀਂ ਪਰਾਲੀ ਤੋਂ ਬਣਾਇਆ ਹੋਇਆ। ਸੋ ਪਲੀਜ਼ ਸਾਡੇ ਜਿਹੜੇ ਲੋਕ ਨੇ ਪੰਜਾਬ ਦੇ ਕਿ ਭਾਰਤ ਦੇ ਲੋਕ ਇਸ ਚੈਨਲ ਨੂੰ ਦੇਖ ਰਹੇ ਨੇ ਉਹਨਾਂ ਵਾਸਤੇ ਤੁਸੀਂ ਜਾਣਕਾਰੀ ਦਿਓ ਕਿ ਤੁਸੀਂ ਇਹ ਪਰਾਲੀ ਜਿਸ ਤਰ੍ਹਾਂ ਮੈਂ ਦੱਸ ਹੀ ਚੁੱਕਿਆ ਕਿ ਸਾਡੇ ਵਾਸਤੇ ਇੱਕ ਸਮੱਸਿਆ, ਉਹ ਸਮੱਸਿਆ ਨੂੰ ਅਸੀਂ ਕਿਵੇਂ ਨਿਜਾਤ ਪਾਉਣੀ ਹੈ, ਤੁਸੀਂ ਕੀ ਇਹਦੇ ਵਾਸਤੇ ਕਰ ਰਹੇ ਹੋ ਜੀ? ਇਹ ਜਿਹੜੀ ਸਮੱਸਿਆ ਹੈ ਬਹੁਤ ਵੱਡੀ ਸਮੱਸਿਆ ਹੈ, ਸਿਰਫ ਪੰਜਾਬ ਲਈ ਨਹੀਂ, ਪੰਜਾਬ ਨੂੰ ਬਲੇਮ ਕੀਤਾ ਜਾ ਰਿਹਾ ਕਿ ਸਾਡੇ ਕਿਸਾਨ ਪਰਾਲੀ ਨੂੰ ਸਾੜਦੇ ਨੇ। ਜਿੱਦਾਂ ਕਿ ਦੱਸਿਆ ਕਿ ਕੋਸਟ ਜਿਹੜੀ ਫੀਡ ਦੀ ਹੈ 70% 60-70% ਤੱਕ ਹੁੰਦੀ ਹੈ। ਇਹ ਕੋਸਟ ਜੇ ਅਸੀਂ ਦੇਖੀਏ ਤਾਂ ਸਾਡੇ ਪਸ਼ੂ ਪਾਲਣ ਦੇ ਕਿੱਤੇ ਵਿੱਚ ਜਾਂ ਸਾਡੇ ਘਰੇਲੂ ਕਿੱਤੇ ਦੇ ਵਿੱਚ ਵੀ ਕੋਸਟ ਜਿਹੜੀ ਫੀਡ ਦੀ ਸਾਰਿਆਂ ਨਾਲੋਂ ਜ਼ਿਆਦਾ ਮੰਨੀ ਜਾਂਦੀ ਹੈ। ਪ੍ਰਦੂਸ਼ਣ ਨਾਲ ਸਿਰਫ ਸਮੱਸਿਆ ਇਹ ਨਹੀਂ ਹੈ ਕਿ ਪੋਲਿਊਸ਼ਨ ਹੁੰਦੀ ਹੈ ਦਿੱਲੀ ਤੱਕ ਪਹੁੰਚਦੀ ਹੈ ਜਾਂ ਕਿਸੇ ਹੋਰ ਜਗ੍ਹਾ ਤੱਕ ਪਹੁੰਚਦੀ ਹੈ, ਇਹਦੇ ਨਾਲ ਜਿਹੜੀ ਬਿਮਾਰੀਆਂ ਲੱਗਦੀਆਂ ਨੇ, ਜਿਹੜੀਆਂ ਅਸਥਮਾ ਦੀਆਂ ਬਿਮਾਰੀਆਂ ਨੇ, ਉਹ ਬੜੀਆਂ ਘਾਤਕ ਨੇ ਜਿਹੜੀਆਂ ਸਾਨੂੰ ਰੋਕਣੀਆਂ ਚਾਹੀਦੀਆਂ ਨੇ। ਇਹਦੇ ਨਾਲ ਸਾਨੂੰ ਕੋਈ ਕਾਨੂੰਨ ਦੀ ਲੋੜ ਨਹੀਂ ਹੈ, ਸਾਨੂੰ ਸਿਰਫ ਅਵੇਅਰਨੈਸ ਦੀ ਲੋੜ ਹੈ ਕਿ ਅਸੀਂ ਇਹਨੂੰ ਜੇ ਡੰਡਾ ਹੋਏਗਾ ਅਸੀਂ ਤਾਂ ਨਹੀਂ ਚੱਲਣਾ, ਅਸੀਂ ਖੁਦ ਨੂੰ ਸੋਚਣਾ, ਕਿਉਂਕਿ ਅਸੀਂ ਅੱਜ ਜੇ ਦੇਖੀਏ ਤਾਂ ਸਾਡੇ ਕੋਲੋਂ ਪਸ਼ੂ ਕਿੰਨੇ ਸੜਕਾਂ 'ਤੇ ਨੇ, ਪਸ਼ੂਆਂ ਨੂੰ ਖੁਰਾਕ ਪਾਉਣ ਦੀ ਕੋਈ ਸਾਡੇ ਕੋਲ ਵਿਵਸਥਾ ਨਹੀਂ ਹੈਗੀ। ਹਿਊਮਨ ਪਾਪੂਲੇਸ਼ਨ ਇੰਨੀ ਵੱਧ ਰਹੀ ਹੈ, ਸਾਡੀ ਪਹਿਲੀ ਪ੍ਰਾਇਰਟੀ ਹੈ ਕਿ ਅਸੀਂ ਇਨਸਾਨਾਂ ਦੀ ਖੁਰਾਕ ਨੂੰ ਪੂਰਾ ਕਰੀਏ। ਉਹਦਾ ਦੂਜਾ ਤਰੀਕਾ ਇਹ ਵੀ ਇੱਕ ਹੱਲ ਹੈ ਕਿ ਜਿੰਨੇ ਵੀ ਸਾਡੇ ਕੋਲ ਫੀਡ ਰਿਸੋਰਸਿਸ ਨੇ, ਜਿੱਦਾਂ ਪਰਾਲੀ ਹੈ, ਉਹਨੂੰ ਅੱਗ ਲਾਉਣ ਦੀ ਜਗ੍ਹਾ ਜੇ ਅਸੀਂ ਉਹਨੂੰ ਖੁਰਾਕ ਦੇ ਵਿੱਚ ਵਰਤੀਏ ਤਾਂ ਇਹ ਸਾਡੀ ਇੱਕ ਸਮੱਸਿਆ ਨੂੰ ਹੱਲ ਕਰ ਸਕਦੀ ਹੈ। ਕਿੱਦਾਂ ਕਿ ਰੀਯੂਜ, ਜਾਂ ਤਾਂ ਅਸੀਂ ਉਹਨੂੰ ਵਰਤੀਏ ਅਤੇ ਉਹਦੇ ਤੋਂ ਸਾਨੂੰ ਦੁੱਧ ਜਾਂ ਮੀਟ ਮਿਲਦਾ ਜਿਹੜਾ ਫਿਰ ਪਸ਼ੂ ਦੀ ਫੂਡ ਚੈਨਲ ਦੇ ਵਿੱਚ, ਫੂਡ ਚੇਨ ਦੇ ਵਿੱਚ ਆ ਜਾਂਦਾ। ਇਸੇ ਕਰਕੇ ਸਾਡੇ ਅਸੀਂ ਕਈ ਉਪਰਾਲੇ ਕੀਤੇ ਨੇ। ਇਹ ਇੱਕ ਸਾਰਿਆਂ ਨਾਲੋਂ ਸੌਖਾ ਉਪਰਾਲਾ ਹੈ ਜਿਹਦੇ ਨਾਲ ਅਸੀਂ ਪਰਾਲੀ ਨੂੰ ਯੂਰੀਏ ਨਾਲ ਸੋਧ ਕੇ 9 ਦਿਨਾਂ ਵਿੱਚ ਇੱਕ ਐਸੀ ਖੁਰਾਕ ਤਿਆਰ ਕਰ ਸਕਦੇ ਹਾਂ ਜਿਹੜੇ ਪਸ਼ੂਆਂ ਨੂੰ ਮੇਨਟੇਨੈਂਸ ਰਾਸ਼ਨ ਬਣ ਸਕਦਾ ਹੈ। ਉਹਦੇ 'ਚ ਜੇ ਅਸੀਂ 2 ਕਿਲੋ ਹਰਾ ਅਤੇ ਧਾਤਾਂ ਦਾ ਚੂਰਾ ਜਾਂ ਨਮਕ ਪਾਈਏ ਤਾਂ ਵੀ ਉਹ ਇੱਕ ਖੁਰਾਕ ਬਣ ਜਾਂਦੀ ਹੈ। ਇਹਦੇ ਨਾਲ ਸਿਰਫ ਖੁਰਾਕ ਹੀ ਨਹੀਂ ਬਣਦੀ, ਇਹਦੇ 'ਚ ਨਾਈਟ੍ਰੋਜਨ ਵੱਧ ਜਾਂਦੀ ਹੈ, ਇਹਦੇ 'ਚ ਤੱਤ ਵੱਧ ਜਾਂਦੇ ਨੇ। ਉਹਦੇ ਨਾਲ ਕੀ ਸਾਨੂੰ ਫਾਇਦਾ ਹੁੰਦਾ ਹੈ ਕਿ ਜੇ ਅਸੀਂ ਆਮ ਤੂੜੀ ਜਾਂ ਪਰਾਲੀ ਜਿਹੜੀ ਢਿੱਡ ਭਰਨ ਦਾ ਕੰਮ ਕਰਦੀ ਹੈ ਉਹਦੀ ਜਗ੍ਹਾ 'ਤੇ ਜੇ ਅਸੀਂ ਯੂਰੀਏ ਨਾਲ ਸੋਧੀ ਤੂੜੀ ਜਾਂ ਪਰਾਲੀ ਵਰਤੀਏ ਤਾਂ ਅਸੀਂ ਦੁੱਧ ਦੀ ਉਤਪਾਦਨ 1-1.5 ਕਿਲੋ ਤੱਕ ਵਧਾ ਸਕਦੇ ਹਾਂ। ਦੂਜੀ ਗੱਲ ਹੈ ਜੇ ਅਸੀਂ ਕੋਸਟ ਘਟਾਉਣੀ ਹੈ ਡੇਅਰੀ ਪ੍ਰੋਡਕਸ਼ਨ ਦੀ ਤਾਂ ਅਸੀਂ ਦਾਣਾ
ਦੀ ਮਾਤਰਾ ਘਟਾ ਸਕਦੇ ਹਾਂ। ਤੀਜੇ ਸਾਡੇ ਕੋਲ ਉਪਰਾਲਾ ਇਹ ਹੈਗਾ ਕਿ ਅਸੀਂ ਦਾਣੇ ਦੇ ਵਿੱਚ ਜਿਹੜੀ ਪ੍ਰੋਟੀਨ ਹੈ, ਜਿਹੜੇ ਕੇਕ ਅਸੀਂ ਪਾਉਂਦੇ ਹਾਂ ਜਿਨ੍ਹਾਂ ਦੀ ਕੀਮਤ ਬਹੁਤ ਜ਼ਿਆਦਾ ਹੈ, ਉਹਦੀ ਮਾਤਰਾ ਘਟਾ ਸਕਦੇ ਹਾਂ ਸੇਮ ਪ੍ਰੋਡਕਸ਼ਨ 'ਤੇ, ਬਿਨਾਂ ਪ੍ਰੋਡਕਸ਼ਨ ਦੇ ਇਫੈਕਟ ਹੋਣ 'ਤੇ। ਇਹਦੇ ਨਾਲ ਇੱਕ ਤਾਂ ਤਰੀਕਾ ਇਹ ਸੀ ਕਿ ਜਿਹੜਾ ਅਸੀਂ ਯੂਰੀਆ ਨਾਲ ਸੋਧ ਕੇ ਕਰਦੇ ਹਾਂ, ਹੋਰ ਅਸੀਂ ਦੇਖਦੇ ਹਾਂ ਕਿ ਅਸੀਂ ਸੜਕਾਂ 'ਤੇ ਖੜ੍ਹੇ ਹੋ ਕੇ ਜੂਸ ਅਤੇ ਕਿਨੂੰ ਦਾ, ਅੱਜ ਕਿਨੂੰ ਦਾ ਮੌਸਮ ਹੈ ਜਾਂ ਗਾਜਰਾਂ ਦਾ ਮੌਸਮ ਹੈ, ਜੂਸ ਪੀ ਕੇ ਅਸੀਂ ਅੱਗੇ ਤੁਰ ਪੈਂਦੇ ਹਾਂ, ਅਸੀਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਕਿ ਉਸ ਦੁਕਾਨ 'ਤੇ ਕਿੰਨਾ ਢੇਰ ਲੱਗਾ। ਜੇ ਅਸੀਂ ਉਸ ਢੇਰ ਵੱਲ ਨਹੀਂ ਦੇਖਦੇ ਤਾਂ ਅਲਟੀਮੇਟਲੀ ਕੀ ਹੋਏਗਾ ਕਿ ਸਾਡੇ ਆਸ ਪਾਸ ਸਾਰਾ ਇਹ ਜਿਹੜਾ ਵੇਸਟ ਹੈਗਾ ਉਹਦਾ ਢੇਰ ਲੱਗ ਜਾਏਗਾ, ਜਿਹਦੇ ਨਾਲ ਬਿਮਾਰੀਆਂ ਦਾ ਇੱਕ ਘਰ ਬਣ ਜਾਏਗਾ। ਅਸੀਂ ਉਹ ਵੀ ਚੀਜ਼ਾਂ ਨੂੰ ਵਰਤ ਕੇ ਸਾਡਾ ਮਕਸਦ ਇਹ ਹੈ ਕਿ ਜਿਹੜਾ ਵੀ ਵੇਸਟ ਹੈ ਉਹਨੂੰ ਹਿਊਮਨ ਫੂਡ ਚੇਨ 'ਤੇ ਅਸੀਂ ਵਾਪਸ ਲਿਆਈਏ। ਸਾਡਾ ਮਕਸਦ ਇਹੀ ਹੈ ਕਿ ਅਸੀਂ ਜ਼ੀਰੋ ਵੇਸਟ ਟੈਕਨੋਲੋਜੀ 'ਤੇ ਕੰਮ ਕਰੀਏ, ਕੋਸਟ ਘੱਟ ਜਾਏਗੀ ਉਹਦੇ ਨਾਲ ਅਤੇ ਪ੍ਰੋਡਕਸ਼ਨ 'ਤੇ ਕੋਈ ਉਹਦਾ ਨੈਗੇਟਿਵ ਇੰਪੈਕਟ ਨਹੀਂ ਹੋਏਗਾ। ਇਸੇ ਤਰ੍ਹਾਂ ਅਸੀਂ ਕਿਨੂੰ ਵੇਸਟ ਦਾ ਜਿਹੜਾ ਇੰਡਸਟਰੀਜ਼ ਨੇ ਹੁਸ਼ਿਆਰਪੁਰ ਹੈ ਜਾਂ ਕਿਧਰੇ ਵੀ ਹੋਰ ਇੰਡਸਟਰੀਜ਼ ਨੇ ਜਿਹੜੀਆਂ ਪ੍ਰੋਸੈਸਿੰਗ ਕਰਦੀਆਂ ਨੇ, ਉੱਥੋਂ ਸਾਨੂੰ ਟਨਾਂ ਦੇ ਵਿੱਚ ਇਹ ਵੇਸਟ ਹੋ ਜਾਂਦੀ ਹੈ, ਉਹਨਾਂ ਨੂੰ ਸੰਭਾਲਣ ਦੀ ਪ੍ਰੋਬਲਮ ਹੈ। ਸਾਨੂੰ ਫੀਡ ਰਿਸੋਰਸਿਸ ਚਾਹੀਦੇ ਨੇ ਤਾਂ ਕਿ ਅਸੀਂ ਹਰ ਪਸ਼ੂ ਨੂੰ ਉਹਦੀ ਜੈਨੇਟਿਕ ਪੋਟੈਂਸ਼ੀਅਲ ਦੇ ਹਿਸਾਬ ਨਾਲ ਅਸੀਂ ਉਹਨੂੰ ਫੀਡ ਪਾ ਸਕੀਏ। ਇਸ ਕਰਕੇ ਅਸੀਂ ਕਿਨੂੰ ਵੇਸਟ ਯੂਜ਼ ਕੀਤਾ, ਅਸੀਂ ਗਾਜਰਾਂ ਦੇ ਜੂਸ ਦੀ ਰਹਿੰਦ ਖੂੰਹਦ ਜਾਂ ਗਾਜਰਾਂ ਵੀ ਅਸੀਂ ਉਹਨੂੰ ਵਰਤ ਸਕਦੇ ਹਾਂ। ਜਦੋਂ ਗਾਜਰਾਂ ਅਤੇ ਆਲੂ ਸੜਕ 'ਤੇ ਆ ਜਾਂਦੇ ਨੇ ਉਹਨੂੰ ਵੀ ਅਸੀਂ ਪਸ਼ੂਆਂ ਦੀ ਖੁਰਾਕ ਦੇ ਵਿੱਚ ਵਰਤ ਸਕਦੇ ਹਾਂ। ਇਸੇ ਤਰ੍ਹਾਂ ਇਹ ਫਰੂਟ ਜੂਸ ਮਿਕਸ ਹੈ, ਉਹਦਾ ਵੇਸਟ ਜਿਹੜਾ ਰੈਜੀਡਿਊ ਹੈ ਉਹਨੂੰ ਵੀ ਅਸੀਂ ਸਿਰਫ ਇਹ ਪਰਾਲੀ ਦੇ ਉਪਰਾਲੇ ਨੇ। ਪਰਾਲੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੜੀ ਪ੍ਰੋਬਲਮ ਹੈ, ਇਹਦਾ ਵੋਲਿਊਮ ਬਹੁਤ ਜ਼ਿਆਦਾ ਹੈ, ਇਹਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਟਰਾਂਸਪੋਰਟ ਕਰਨਾ ਬਹੁਤ ਔਖਾ ਹੈ। ਇਸ ਕਰਕੇ ਜਿਹੜਾ ਅਸੀਂ ਉਪਰਾਲਾ ਇੱਕ ਕਰ ਰਹੇ ਹਾਂ, ਪੈਲਟਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਰਾਈਸ ਸਟਰੋ ਤੋਂ, ਪਰਾਲੀ ਤੋਂ ਪੈਲਟਸ ਬਣੀਆਂ ਨੇ, ਇਹਦੇ 'ਚ ਅਸੀਂ ਵੱਖ ਵੱਖ ਰੇਸ਼ੋ ਪਾਈਏ ਪਰਾਲੀ ਦੀ, 60-50, 60-70, 80-90 ਤੱਕ ਪਰਾਲੀ ਹੈ। ਇਹਦੇ ਵਿੱਚ ਹੋਰ ਕਈ ਐਸੇ ਤੱਤ ਪਾਏ ਨੇ ਤਾਂ ਕਿ ਇਹ ਕੰਪਲੀਟ ਫੀਡ ਬਣ ਜਾਏ। ਅੱਜ ਹੁਣੇ ਮੈਂ ਗੱਲ ਕਰ ਰਹੀ ਸੀਗੀ ਕਿ ਜਦੋਂ ਫੋਨ ਸ਼ੁਰੂ ਹੋਏ ਸੀਗੇ ਤਾਂ ਇੱਕ ਸਲੋਗਨ ਆਇਆ ਸੀਗਾ, ਕਰ ਲਓ ਦੁਨੀਆ ਮੁੱਠੀ ਮੈਂ। ਅੱਜ ਅਸੀਂ ਕਹਿ ਸਕਦੇ ਹਾਂ ਕਰ ਲਓ ਪਰਾਲੀ ਮੁੱਠੀ ਮੈਂ, ਇਹ ਸਾਡਾ ਅੱਜ ਕੱਲ੍ਹ ਮਕਸਦ ਹੈ। ਇਹਦਾ ਫਾਇਦਾ ਇਹ ਹੈ ਕਿ ਬਲਕ ਘੱਟ ਗਿਆ, ਖੁਰਾਕੀ ਤੱਤ ਇਹਦੇ 'ਚ ਉਨੇ ਹੀ ਨੇ ਜਿੰਨੇ ਅਸੀਂ ਕੰਪਲੀਟ ਫੀਡ ਦੇ ਵਿੱਚ ਪਾ ਸਕਦੇ ਹਾਂ। ਤੀਜੀ ਗੱਲ ਇਹ ਹੈ ਕਿ ਇਹਨੂੰ ਕਈ ਸਟੇਟਸ ਸਾਡੇ ਦੁਨੀਆ ਦੇ ਵਿੱਚ ਐਸੇ ਨੇ ਜਿਨ੍ਹਾਂ ਕੋਲੋਂ ਪਸ਼ੂਆਂ ਨੂੰ ਪਾਉਣ ਨੂੰ ਕੁਛ ਵੀ ਨਹੀਂ ਹੈਗਾ। ਸਾਡਾ ਏਮ ਇਹ ਹੈ ਜੇ ਸਾਡੇ ਕੋਲ ਪਰਾਲੀ ਜ਼ਿਆਦਾ ਹੈਗੀ ਹੈ, ਅਸੀਂ ਇਹਦੀ ਫੀਡ ਬਣਾ ਕੇ ਅਸੀਂ ਉਹਨਾਂ ਸਟੇਟਸ ਦੇ ਵਿੱਚ, ਉਹਨਾਂ ਕੰਟਰੀਜ਼ ਦੇ ਵਿੱਚ ਅਸੀਂ ਐਕਸਪੋਰਟ ਕਰਨ ਦਾ ਸੋਚ ਰਹੇ ਹਾਂ। ਸਾਡਾ ਇੱਕ ਕੰਪਨੀ ਨਾਲ ਕੰਟਰੈਕਟ ਵੀ ਹੋਇਆ ਜਿਹੜੇ ਇਹ ਕਮਰਸ਼ੀਅਲ, ਜਦੋਂ ਅਸੀਂ ਇਹਨੂੰ ਫਾਈਨਲ ਕਰ ਲਾਂਗੇ ਤਾਂ ਇਹਨੂੰ ਕਮਰਸ਼ਲੀ ਬਣਾ ਕੇ ਇਹ ਐਕਸਪੋਰਟ ਕਰਾਂਗੇ। ਸੋ ਮੈਂ ਦੇਖਿਆ ਵੀ ਆ ਜਿਹੜਾ ਤੁਸੀਂ ਫਰੂਟ ਵੇਸਟ ਹੈ ਗਾਜਰਾਂ ਜੂਸ ਕੱਢਿਆ, ਉਹਦਾ ਉਹ ਜ਼ਿਮੀਦਾਰ ਆਪਣੇ ਆਪ ਵੀ ਬਣਾ ਸਕਦਾ? ਅਚਾਰ ਪਾਉਣਾ ਜ਼ਿਮੀਦਾਰ ਲਈ ਕੋਈ ਔਖਾ ਨਹੀਂ, ਜਿੱਦਾਂ ਹੀ ਮੱਕੀ ਦਾ ਅਚਾਰ ਪਾਈਦਾ ਜਾਂ ਜਵੀ ਦਾ ਅਚਾਰ ਪਾਈਦਾ, ਉੱਦਾਂ ਹੀ ਇਹਨਾਂ ਦੇ ਵਿੱਚ ਇੰਨੀ ਕੁ ਮੋਇਸਚਰ ਹੁੰਦੀ ਹੈ, 70%, 80% ਦੇ ਕਰੀਬ ਮੋਇਸਚਰ ਹੁੰਦੀ ਹੈ। ਜਿੱਦਾਂ ਸਾਇਲੇਜ ਦੇ ਵਿੱਚ ਸਾਨੂੰ 35-35% ਮੋਇਸਚਰ ਚਾਹੀਦੀ ਹੁੰਦੀ ਹੈ, ਇਹਦੇ ਵਿੱਚ ਅਸੀਂ ਸੁੱਕਾ ਮਾਦਾ ਪਾ ਦਿੰਦੇ ਹਾਂ ਕਿਉਂਕਿ ਸਾਡਾ ਮਕਸਦ ਪਰਾਲੀ ਦਾ ਹੈ। ਤੂੜੀ ਮਹਿੰਗੀ ਹੋ ਜਾਂਦੀ ਹੈ, ਪਰਾਲੀ ਕੋਈ ਵਰਤਣਾ ਨਹੀਂ ਚਾਹੁੰਦਾ। ਇਹ ਬੈਸਟ ਤਰੀਕਾ ਹੈਗਾ ਕਿ ਅਸੀਂ ਜਿਹੜਾ ਜੂਸ ਵੇਸਟ ਹੈਗਾ ਉਹਦੇ ਵਿੱਚ ਅਸੀਂ ਪਰਾਲੀ ਨੂੰ ਮਿਕਸ ਕਰੀਏ ਡਿਫਰੈਂਟ ਅਨੁਪਾਤ ਦੇ ਉੱਤੇ, 60-40 ਫਰੂਟ ਜੂਸ ਵੇਸਟ, 70-30 ਫਰੂਟ ਜੂਸ ਵੇਸਟ ਅਤੇ ਪਰਾਲੀ, 80 ਫਰੂਟ ਜੂਸ ਵੇਸਟ ਜਾਂ ਜੋ ਵੀ ਪ੍ਰੋਡਕਟ ਹੈ, ਉਹ ਡਿਪੈਂਡ ਕਰਦਾ ਕਿ ਉਹਦੇ 'ਚ ਕਿੰਨੀ ਨਮੀ ਹੈ, ਕਿੰਨਾ ਉਹਦੇ 'ਚ ਮੋਇਸਚਰ ਹੈ ਅਤੇ ਕਿੰਨਾ ਅਸੀਂ ਡਰਾਈ ਮੈਟਰ ਉਹਦੇ 'ਚ ਮਿਲਾਉਣਾ ਹੈ। ਇਹ ਸਾਇਲੇਜ ਦਾ ਉਹੀ ਤਰੀਕਾ ਹੈਗਾ ਕਿ ਅਸੀਂ ਇਹਨੂੰ ਏਅਰ ਟਾਈਟ ਕਰਕੇ 42 ਦਿਨ ਲਈ ਇਹਨੂੰ ਬੰਦ ਦਿੰਦੇ ਹਾਂ। 43ਵੇਂ ਦਿਨ ਜਾਂ 45ਵੇਂ ਦਿਨ ਜਦੋਂ ਵੀ ਤੁਸੀਂ ਖੋਲ੍ਹਣਾ ਉਹਨੂੰ ਖੋਲ੍ਹ ਸਕਦੇ ਹੋ। ਇਹਦਾ ਕੋਈ ਡਿਫੀਕਲਟ ਪ੍ਰੋਸੀਜਰ ਨਹੀਂ ਹੈਗਾ। ਪਲਾਸਟਿਕ ਦੇ ਬੈਗਸ ਮਿਲਦੇ ਨੇ ਬਾਜ਼ਾਰੋਂ, 600-700 ਰੁਪਏ ਦਾ ਆ ਜਾਂਦਾ, ਉਹਦੇ 'ਚ 5 ਕੁਇੰਟਲ 10 ਕੁਇੰਟਲ। ਕਿਸਾਨ ਜਿਹੜੇ ਇਹ ਜਿਹੜਾ ਟਿਊਬ ਸਾਇਲੇਜ ਹੈ, ਇਹ ਖਾਸ ਕਰਕੇ ਸਮਾਲ ਅਤੇ ਮੀਡੀਅਮ ਫਾਰਮਰਸ ਲਈ ਬਹੁਤ ਇੰਪੋਰਟੈਂਟ ਹੈ। ਵੱਡੇ ਫਾਰਮਰਸ ਤਾਂ ਪਿਟਸ ਬਣਾ ਲੈਂਦੇ ਨੇ, ਸਮਾਲ ਔਰ ਛੋਟੇ ਫਾਰਮਰ ਤਾਂ ਆਪੇ ਘਰਾਂ 'ਚ ਇਹ ਟਿਊਬਾਂ ਦੇ ਵਿੱਚ ਅਸੀਂ ਇਹਨੂੰ ਮਿਕਸ ਕਰਕੇ ਇੱਕ ਬੰਦਾ ਉਹਦੇ 'ਚ ਲਤਾੜ ਲੈਂਦਾ, ਜਿੱਦਾਂ ਕਿ ਉਹ ਪੋਸਟਰ ਦੇ ਵਿੱਚ ਵੀ ਦਿਖਾਇਆ ਹੋਇਆ।
ਉਹ ਬੰਦਾ ਟਿਊਬ ਦੇ ਵਿੱਚ ਵੜ ਜਾਂਦਾ ਅਤੇ ਉਹ ਲਤਾੜ ਦਿੰਦਾ ਅਤੇ ਉਹਨੂੰ ਅਸੀਂ ਲਤਾੜ ਕੇ ਇਹਨੂੰ ਏਅਰ ਟਾਈਟ ਕਰਕੇ ਇਹਨੂੰ ਅਸੀਂ ਬੰਨ ਦਿੰਦੇ ਹਾਂ ਅਤੇ ਇਹ ਕਿਸੇ ਵੀ ਜਗ੍ਹਾ 'ਤੇ ਰੱਖਿਆ ਜਾ ਸਕਦਾ ਇਹਦੇ 'ਚ ਕੋਈ ਨੁਕਸਾਨ ਨਹੀਂ। ਹਵਾ ਵਿੱਚ ਜ਼ਹਿਰ ਜਿਹੜਾ ਭਰਦਾ ਮਾਦਾ ਸੀ ਉਹ ਸਾਡੇ ਕੋਲ ਪਸ਼ੂਆਂ ਦੀ ਖੁਰਾਕ ਬਣ ਕੇ ਆ ਗਿਆ। ਸੋ ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ ਇਸ ਡਿਪਾਰਟਮੈਂਟ ਦਾ ਜਿਨ੍ਹਾਂ ਨੇ ਕਿ ਸਾਡੇ ਕਿਸਾਨਾਂ ਨੂੰ ਬਹੁਤ ਹੀ ਅੱਛੀ ਜਿਹੜੀਆਂ ਗਾਈਡਲਾਈਨ ਦਿੱਤੀਆਂ ਨੇ। ਔਰ ਮੈਨੂੰ ਲੱਗਦਾ ਕਿ ਸਾਡਾ ਅਗਲਾ ਜਿਹੜਾ ਅਸੀਂ ਜਿਸ ਤਰ੍ਹਾਂ ਮੈਂ ਸੋਚ ਰਿਹਾ ਸੀ ਹੁਣੇ ਕਿ ਸਾਡੇ ਕੋਲ ਗਊਸ਼ਾਲਾ ਬਹੁਤ ਨੇ ਅਤੇ ਉਹਦੇ ਵਿੱਚ ਬਹੁਤ ਹੀ ਵੱਡੀ ਪ੍ਰੋਬਲਮ ਹੈ ਜਿਹੜਾ ਤੁਹਾਡੀ ਇਹ ਟੈਕਨੋਲੋਜੀ ਨਾਲ ਬਹੁਤ ਸਾਨੂੰ ਇਹਦੇ ਆਸਰਾ ਮਿਲੂਗਾ, ਹੱਲ ਹੋਊਗਾ। ਬਹੁਤ ਬਹੁਤ ਮਿਹਰਬਾਨੀ। ਔਰ ਆਪਣੀ ਖੇਤੀ ਟੀ ਵੀ ਦੇਖ ਰਹੇ ਸਾਰੇ ਹੀ ਜਿਹੜੇ ਮੇਰੇ ਵੀਰ ਨੇ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ।